ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ, ਮੈਂ ਬਖਸ਼ੀਸ਼ ਸਿੰਘ ਤੁਹਾਡਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ 'ਤੇ ਸਵਾਗਤ ਕਰਦਾ ਹਾਂ। ਹੋ ਭਾ ਤੁਸੀਂ ਕਿਸਾਨ ਵੀਰੋ ਸਾਰੇ ਠੀਕ ਠਾਕ ਹੋਵੋਗੇ। ਅਤੇ ਇਹ ਕਿਸਾਨ ਵੀਰੋ ਆਪਣੇ ਲਵੇ ਇਸ ਸਾਲ ਇਹ ਮੋਟਰ ਆਈਆਂ ਨੇ ਦੋ ਠੇਕੇ 'ਤੇ, ਅਤੇ ਇਹ 12 ਏਕੜ ਤਕਰੀਬਨ ਜ਼ਮੀਨ ਹੈ ਆਪਣੇ ਕੋਲ, ਅਤੇ ਬਾਕੀ ਆਪਾਂ ਇਹਦੇ 'ਚੋਂ 6 ਏਕੜ ਮੱਕੀ ਬੀਜੀ ਆਪਣੇ ਪਸ਼ੂਆਂ ਦੇ ਵਾਸਤੇ ਸਾਈਲੇਜ ਲਈ। ਕੁਛ ਪਹਿਲਾਂ ਆਪਣੇ ਕੋਲ ਜਿਹੜੀ ਆਲੂ ਵਾਲੀ ਹੈਗੀ ਹੈ, ਅਤੇ ਕਿਸਾਨ ਵੀਰ ਆਪਾਂ ਇਹਦੇ ਵਿੱਚ ਦੋ ਬੀਜ ਬੀਜੇ ਨੇ, ਮਤਲਬ ਕਿ ਦੋ ਕੰਪਨੀਆਂ ਦੇ ਸੀਡ। ਇੱਕ ਤਾਂ ਆਪਾਂ ਬਾਇਰ ਕੰਪਨੀ ਦਾ ਬੀਜਿਆ ਡਿਕਾਲਵ ਦਾ 9944, ਅਤੇ ਇੱਕ ਕਿਸਾਨ ਵੀਰ ਆਪਾਂ ਬੀਜਿਆ ਇਹਦੇ 'ਚ ਵੀਰ ਨਾਲ, ਇੱਕ ਨਾਲ ਆਪਣਾ ਟਾਈ ਅਪ ਹੋਇਆ ਸੀਗਾ ਰੌਣੀ ਕਿਸਾਨ ਮੇਲੇ 'ਤੇ, ਅਤੇ ਉਹ ਵੀਰ ਦੇ ਕਹਿਣ 'ਤੇ ਆਪਾਂ ਨੇ ਬੀਜਿਆ ਗਾ। ਸਰੀਕਰ ਸੀਡਸ ਤਾਮਿਲਨਾਡੂ ਦੀ ਕੋਈ ਕੰਪਨੀ ਹੈ ਇਹ, ਅਤੇ ਉਹ ਵੀਰ ਕਹਿੰਦਾ ਵੀ ਬਹੁਤ ਚੰਗਾ ਝਾੜ ਆਉਂਦਾ ਆਪਣੀ ਮੱਕੀ ਦਾ, ਨਾਲੇ ਗਰੋਥ ਬਹੁਤ ਕਰਦੀ ਆ, ਵੀ ਨਾਲੇ ਬਜਟ 'ਚ ਹੈ। ਅਤੇ ਆਪਾਂ ਸਰੀਕਰ ਦੀ 2079 ਜਿਹੜੀ ਮੱਕੀ ਆਉਂਦੀ ਆ ਉਹ ਬੀਜੀ ਆ, ਅਤੇ ਇੱਕ ਆਪਾਂ 3 ਬਿਘੇ ਜਗ੍ਹਾ ਉਹਨਾਂ ਦੀ ਸਰੀਕਰ ਸੀਡਸ ਵਾਲਿਆਂ ਦੀ ਗੂਗਲ ਮੱਕੀ ਆਉਂਦੀ ਇੱਕ, ਉਹ ਆਲੂ ਵਾਲੇ ਬਾਂਹ ਦੇ ਵਿੱਚ ਜ਼ਿਆਦਾਤਰ ਕਿਸਾਨ ਵੀਰਾਂ ਨੂੰ ਲਵਾਈ ਸੀ ਉਹਨਾਂ ਨੇ, ਅਤੇ ਆਪਾਂ ਉਹ ਕਣਕ ਵਾਲੇ ਵਾਹਣ ਦੇ ਵਿੱਚ ਲਾ ਕੇ ਦੇਖੀਏ ਇਸ ਵਾਰ ਟਰਾਇਲ ਦੇ ਤੌਰ 'ਤੇ। ਅਤੇ ਉਹ ਵੀਰ ਕਹਿੰਦਾ ਵੀ ਇਹ 5-4 ਦਿਨ ਉਮਰ ਘੱਟ ਏ ਲਓ ਦੂਜੀ ਨਾਲੋਂ। ਅਤੇ ਮੱਕੀ ਕਿਸਾਨ ਵੀਰੋ ਆਪਣੀ ਤਕਰੀਬਨ ਕੱਲ੍ਹ ਤੱਕ ਸਾਰੀ ਬਾਹਰ ਆ ਜੂਗੀ, ਬਹੁਤ ਹੱਦ ਤੱਕ ਤਕਰੀਬਨ 20% ਤਾਂ ਮੱਕੀ ਆਪਣੀ ਬਾਹਰ ਆਉਣ ਲੱਗ ਗਈ, ਕਿਉਂਕਿ ਪਾਣੀ ਇੱਦਾਂ ਹੁੰਦਾ ਜਿਹੜਾ ਕਣਕ ਵਾਲੇ ਵਾਹਣ 'ਚ ਪਾਣੀ ਨਾਲ ਮੱਕੀ ਹਰੀ ਹੁੰਦੀ ਆ, 4 ਘੰਟਿਆਂ ਨਾਲ ਤਕਰੀਬਨ ਤੁਹਾਨੂੰ ਪਤਾ ਹੈਗਾ 1.5 ਕਿੱਲੇ ਹੀ ਰਮਾਉਂਦੀ ਆ ਮੋਟਰ। ਤਾਂ ਕਰਕੇ ਜਿੰਨਾ ਜਿੰਨਾ ਲੇਟ ਹੋਈ ਜਾਂਦੀ ਆ ਰਮ ਉਹਨੂੰ, ਉਨਾ ਉਨਾ ਲੇਟ ਉਹਨੇ ਆਪਣਾ ਮੱਕੀ ਨੇ ਨਿਕਲਣਾ। ਪਾਇਨੀਅਰ ਤਾਂ ਇਸ ਵਾਰ ਥੋੜ੍ਹਾ ਜਿਹਾ ਆਪਾਂ ਨਾ ਕਰਨੀ ਤਾਂ ਕਰਕੇ ਕਿਉਂਕਿ ਪਾਇਨੀਅਰ ਥੋੜ੍ਹਾ ਜਿਹਾ ਰੇਟ ਜ਼ਿਆਦਾ ਹਾਈ ਕਰ ਲੈਂਦੀ ਹੈਗੀ, ਹਰੇਕ ਸੀਜ਼ਨ ਉਹਨੇ 200 ਰੁਪਈਆ ਥੈਲੀ ਦਾ ਰੇਟ ਚੱਕ ਕੇ ਦੇਣਾ ਬੈਗ ਦਾ, ਤਾਂ ਕਰਕੇ ਆਪਾਂ ਨੂੰ ਥੋੜ੍ਹਾ ਜਿਹਾ ਉਹ ਤੋਂ ਹੁਣ ਪਾਸਾ ਵੱਟ ਲਿਆ ਆਪਾਂ ਨੇ ਇਸ ਸਾਲ। ਪਹਿਲਾਂ ਆਪਾਂ ਤਕਰੀਬਨ ਪਾਇਨੀਅਰ ਲਾ ਕੇ ਖੁਸ਼ ਸੀਗੇ, ਵਧੀਆ ਉਹਨਾਂ ਦਾ ਜਿੱਦਾਂ ਆਪਾਂ ਕਹਿ ਦਈਏ ਹਾਈਟ ਗਰੋਥ ਵਧੀਆ ਕਰਦੀਆਂ ਨੇ ਮੱਕੀਆਂ, ਪਰ ਜੇ ਆਪਾਂ ਨੂੰ ਆਹ ਫਿੱਟ ਰਿਹਾ ਆਪਾਂ ਤੁਹਾਡੇ ਨਾਲ ਅਪਡੇਟ ਦਿੰਦੀ ਰਹਾਂਗੇ ਤੁਹਾਨੂੰ, ਅਤੇ ਜੇ ਆਪਾਂ ਨੂੰ ਇਹ ਫਿੱਟ ਰਿਹਾ ਸਿਸਟਮ ਫਿਰ ਆਪਾਂ ਤੁਹਾਨੂੰ ਦੱਸਾਂਗੇ ਸਾਰਾ ਤਕਰੀਬਨ ਵੀ ਕਿਹੜੀ ਵਧੀਆ ਰਹੀ ਕਿੱਦਾਂ ਕਿੱਦਾਂ ਰਹੀ। ਆਪਣੇ ਕੋਲ ਉਹ ਕੰਮ ਤਾਂ ਹੈਗਾ ਨਹੀਂ ਵੀ ਆਪਾਂ ਪੈਸੇ ਲੈ ਕੇ ਪ੍ਰਮੋਸ਼ਨ ਕਰਨੀ ਆ, ਪਰ ਆਪਾਂ ਤੁਹਾਨੂੰ ਸੱਚ ਜ਼ਰੂਰ ਦੱਸਾਂਗੇ, ਜੇ ਘਟੀਆ ਰਹੀ ਤਾਂ ਘਟੀਆ ਵੀ ਦੱਸਾਂਗੇ। ਅਤੇ ਕਿਸਾਨ ਵੀਰੋ ਆਪਾਂ ਤੁਹਾਨੂੰ ਦੇਖੋ ਕਿਹਾ ਸੀਗਾ ਵੀ ਮੱਕੀ ਨੂੰ ਪਹਿਲਾਂ ਪਾਣੀ ਭਰ ਕੇ ਲਾ ਕੇ ਹਰੀ ਹੋਣ ਤੋਂ ਬਾਅਦ ਸਪਰੇਅ ਦੇ ਕੇ ਅਸੀਂ ਪਾਣੀ ਲਾਉਣੇ ਆ। ਤਕਰੀਬਨ ਆਪਣਾ ਸਾਰੇ ਪਿੰਡ ਦੇ ਵਿੱਚ 100 ਏਕੜ ਤੋਂ ਉੱਪਰ ਮੱਕੀ ਵੇਚਦੀ ਆ ਕਿਸਾਨ ਵੀਰੋ, ਇਹਦੇ ਵਾਲੀ ਕਣਕ ਵਾਲੀ ਸਾਰੇ ਹੀ ਇੱਦਾਂ ਕਰਦੇ ਹਾਂ ਅਸੀਂ। ਹੁਣ ਦੇਖੋ ਆਪਾਂ ਨੂੰ ਐਂ ਲੱਗਦਾ ਵੀ ਵੀਰੇ ਆਹ ਤਾਂ ਪਾਪੜੀ ਬਣੀ ਪਈ ਆ, ਇਹ ਜੋ ਕੀ ਮੱਕੀ ਨਿਕਲੂ, ਰਾਤ ਦੀ ਨਰਮਾਈ ਨਾਲ ਕੱਲ੍ਹ ਨੂੰ ਸਵੇਰ ਨੂੰ ਸਾਰੇ ਖੁੱਡ ਭਰ ਜਾਣੇ ਨੇ, ਬਿਲਕੁਲ ਬਰਾਬਰ ਖੜੀ ਆ ਮੱਕੀ ਹੈ, ਕਿਤੇ ਕਿਤੇ ਤਾਂ ਨਿਕਲ ਬਹੁਤ ਰਹੀ ਹੈਗੀ। ਇਹ ਕਹਿਣ ਦਾ ਮਤਲਬ ਇਹ ਆ ਕਿਸਾਨ ਵੀਰੋ, ਆਹ ਆਪਣੇ ਖੇਤ ਦੇ ਉੱਪਰਲੇ ਪਾਸੇ ਮੱਕੀ ਬੀਜੀ ਹੋਈ ਆ, ਇਹ ਆਪਾਂ ਤੋਂ 5 ਤੋਂ 6 ਦਿਨ ਪਹਿਲਾਂ ਬੀਜੀ ਸੀ, ਮੰਨੇ ਕਿ ਚਲੋ 5ਵਾਂ ਦਿਨ ਆਪਣੀ ਮੱਕੀ ਬੀਜੀ ਨੂੰ ਹੋ ਗਿਆ, ਅਤੇ ਇਹ 11 ਦਿਨ ਦੀ ਮੱਕੀ ਹੋ ਗਈ, ਇਹਨੂੰ ਹੁਣ ਤੱਕ 3 ਪਾਣੀ ਲੱਗ ਚੁੱਕੇ ਨੇ, ਚੌਥੇ ਦੀ ਕੱਲ੍ਹ ਨੂੰ ਜਾਂ ਪਰਸੋਂ ਨੂੰ ਤਿਆਰੀ ਆ। ਅਤੇ 5 ਦਿਨਾਂ ਦੇ ਵਿੱਚ ਮੈਂ 1 ਪਾਣੀ ਲਾਇਆ, ਤਾਂ ਹੁਣ ਤੁਸੀਂ ਮੈਨੂੰ ਐਂ ਦੱਸ ਦਿਓ ਵੀ ਮੱਕੀ ਮਾੜੀ ਜਾਂ ਕਿਸਾਨ ਮਾੜਾ।
ਆਪਾਂ ਕਿਸੇ ਦੇ ਕੰਮ ਨੂੰ ਗਲਤ ਨਹੀਂ ਕਹਿੰਦੇ, ਹਰੇਕ ਆਪਣਾ ਆਪਣਾ ਤਜਰਬਾ ਕਰਦਾ, ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਮੱਕੀ ਨੂੰ ਬਦਨਾਮ ਹੀ ਉਹ ਕਿਸਾਨਾਂ ਨੇ ਕਰਿਆ ਜਿਹੜੇ ਬਾਲਾ ਬਿਤੋਂ ਵੱਧ ਪਾਣੀ ਦਿੰਦੇ ਨੇ। ਜਦੋਂ ਮੇਰੀ ਮੱਕੀ ਇਹ ਬਾਹਰ ਆ ਗਈ, ਕੱਲ੍ਹ ਨੂੰ ਆ ਜਾਵੇ, ਕੱਲ੍ਹ ਨੂੰ ਰਾਤ ਨੂੰ ਆ ਜਾਵੇ, ਅੱਬਲਾ ਕੱਲ੍ਹ ਨੂੰ ਸਵੇਰ ਨੂੰ 70% ਬਾਹਰ ਹੋਊ। ਮੈਂ ਤੁਹਾਨੂੰ ਵੀਡੀਓ ਪਾ ਕੇ ਦਿਖਾ ਦੇਣੀ ਹੈ ਸ਼ੋਰਟ ਵੀ ਮੱਕੀ ਬਾਹਰ ਆ ਗਈ, ਤਾਂ ਤੁਸੀਂ ਖੇਤ ਦੀ ਹਾਲਤ ਦੇਖ ਕੇ ਐਂ ਕਹੋਗੇ ਵੀ ਇਹ 'ਚੋਂ ਮੱਕੀ ਬਾਹਰ ਨਹੀਂ ਨਿਕਲਦੀ, ਪਰ ਇਹ 'ਚੋਂ ਮੱਕੀ ਬਾਹਰ ਆਊਗੀ। ਜਿਹੜਾ ਖੇਤ ਤੁਸੀਂ ਉਹ ਦੇਖ ਰਹੇ ਹੋਗੇ, ਜੇ ਰੱਬ ਨੇ ਕਿਰਪਾ ਕਰੀ ਉਹ ਮੱਕੀ ਮੇਰੇ ਨਾਲੋਂ 6 ਦਿਨ ਅਗੇਤੀ ਆ, ਪਾਇਨੀਅਰ ਦਾ ਸੀਡ ਲੱਗਿਆ ਹੋਇਆ, ਜੇ ਇਹ ਮੱਕੀ ਨੇ ਗਰੋਥ ਵਧੀਆ ਕਰਦੀ ਹੋਈ, ਤੁਹਾਨੂੰ ਪਤਾ ਕਰਨ ਵਾਲੀ ਚਾਹੀਦੀ, ਆਪਾਂ ਕਰਾ ਲੈਣੀ ਆ, ਪਰਮਾਤਮਾ ਦਾ ਹੱਥ ਸਿਰ 'ਤੇ ਹੈ ਅਤੇ ਪਰਮਾਤਮਾ ਦੀ ਕਿਰਪਾ ਨਾਲ ਜੇ ਮੱਕੀ ਆਪਣੀ ਮੰਨ ਕੇ ਚਲੋ, ਤੁਹਾਨੂੰ ਮੈਂ ਆਹ ਤਜਰਬਾ ਇੰਨਾ ਕੁ ਦਿਖਾਊਂਗਾ ਜਿਹੜਾ ਆਪਾਂ ਪਾਣੀ ਖੜਾ ਕੇ ਮੰਨ ਕੇ ਚਲੋ ਵੀ ਇੱਕ ਪਾਣੀ ਨਾਲ ਮੱਕੀ ਹਰੀ ਕਰਕੇ ਬਾਅਦ 'ਚੋਂ ਪਾਣੀ ਦਿੰਦੇ ਹਾਂ ਹਰੀ ਹੋਣ ਤੋਂ, ਜਦੋਂ ਮੱਕੀ ਮੰਗਦੀ ਆ ਸਪਰੇ ਦੇ ਕੇ, ਇਹ ਮੱਕੀ ਦੀ ਗਰੋਥ ਉਹਦੇ ਨਾਲੋਂ ਜੇ ਜ਼ਿਆਦਾ ਨਹੀਂ ਤਾਂ ਡੂਢੀ ਜ਼ਰੂਰ ਹੋਊਗੀ, ਅਤੇ ਜੇ ਉਹ ਮੱਕੀ 4 ਗੱਟਿਆਂ ਨਾਲ ਹੋਊਗੀ ਤਾਂ ਇਹ 3 ਗੱਟਿਆਂ ਨਾਲ ਮੱਕੀ ਹੋਊਗੀ ਆਪਣੀ। ਇਹ ਤਜਰਬਾ ਮੈਂ ਤੁਹਾਨੂੰ ਦੱਸੂੰਗਾ, ਕਿਉਂਕਿ ਬਹੁਤ ਕਿਸਾਨ ਵੀਰ ਨੇ ਜਿਹੜੇ ਵੀਰੇ 3-3 ਪਾਣੀ ਹਰੀ ਹੋਣ ਤੋਂ ਪਹਿਲਾਂ ਹੀ ਦੇ ਦਿੰਦੇ ਨੇ ਵੀ ਮੱਕੀ ਸਟ੍ਰੈੱਸ 'ਚ ਆਜੂ, ਫਲਾਣਾ ਹੋਜੂ, ਪਰ ਇਹ ਗੱਲ ਦੇ ਆਪਾਂ ਬਿਲਕੁਲ ਖਿਲਾਫ਼ ਹਾਂ। ਮੈਂ ਖੁਦ ਤਜਰਬੇ ਅਸੀਂ ਕਰਕੇ ਦੇਖੇ ਵੀ ਨੇ, ਜਿਹੜੀਆਂ ਮੱਕੀਆਂ ਨੂੰ ਪਾਣੀ ਆਪਾਂ ਦੇ ਦਿੰਦੇ ਹਾਂ ਨਾ, ਮੰਨ ਕੇ ਚਲੋ 2 ਪਾਣੀ ਦੇ ਤੇ, ਉਹ ਮੱਕੀ ਨੇ ਪਲੱਤਣ 'ਤੇ ਆ ਜਾਣਾ। ਜਦੋਂ ਮੱਕੀ ਪਲੱਤਣ 'ਤੇ ਆ ਗਈ, ਇੱਕ ਤਾਂ ਆਪਣੀ ਸਪਰੇਅ ਵੱਧ ਜੂ, ਇੱਕ ਥੈਲਾ ਰੇਹਦਾ ਸਿੱਧੀ ਵੱਧ ਗਿਆ, 5 ਦਿਨ ਮੱਕੀ ਦੀ ਗਰੋਥ ਪਿੱਛੇ ਵੱਗ ਜੂ। ਜਿਹੜੀ ਮੱਕੀ ਹੁਣ ਆਪਣੀ ਕਿਸਾਨ ਵੀਰੋ ਆਹ ਹੋਊਗੀ, ਪਰਮਾਤਮਾ ਦੀ ਕਿਰਪਾ ਨਾਲ ਸਾਰੀ ਬਾਹਰ ਆ ਗਈ, ਤਾਂ ਤੁਸੀਂ ਐਂ ਦੇਖਿਓ ਵੀ ਜਿੱਦੇ ਮੈਂ ਇਹਨੂੰ ਪਾਣੀ ਲਾਊਂ ਤਾਂ ਇਹਦੀ 4 ਦਿਨਾਂ ਦੇ ਵਿੱਚ ਵਿੱਚ ਉਹ ਮੱਕੀ ਨਾਲੋਂ ਵੱਧ ਗਰੋਥ ਹੋ ਜੂਗੀ ਜਿਹੜੀ ਆਪਣੇ ਲਵੇ ਬੀਜੀ ਹੋਈ ਆ। ਮੈਂ ਹੈਰਾਨ ਹਾਂ ਵੀ ਹਰੀ ਹੋਣ ਤੋਂ ਪਹਿਲਾਂ ਉਹ ਬੰਦੇ ਨੇ 2 ਪਾਣੀ ਦੇ ਤੇ, 3 ਪਾਣੀ ਹਰੀ ਹੋਣ ਤੋਂ ਬਾਅਦ ਦੇ ਤਾ, ਫਿਰ ਯੂਰੀਆ ਦੇ ਤਾ, 1 ਪਾਣੀ ਸਿੰਪਲ ਲਾਓ ਅਤੇ ਨਾਲ ਦੀ ਨਾਲ ਦੂਜੇ ਪਾਣੀ 'ਚ ਯੂਰੀਆ ਦੇ ਦਿਉ, ਮੱਕੀ ਦੀ ਇੰਨੀ ਜ਼ਬਰਦਸਤ ਗਰੋਥ ਹੋਊ ਤੁਹਾਡੇ ਸਾਹਮਣੇ ਹੀ, ਆਪਾਂ ਤਾਂ ਸਾਰਾ ਕੁਛ ਤੁਹਾਨੂੰ ਦਿਖਾਉਂਦੇ ਰਹਾਂਗੇ। ਦੂਜੇ ਨੰਬਰ 'ਤੇ ਗੱਲ ਆ ਕੇ ਸਾਨੂੰ ਵੀਰੋ, ਆਪਾਂ ਕਿਸੇ ਦਾ ਪ੍ਰਮੋਸ਼ਨ ਨਹੀਂ ਕਰਦੇ, ਅਤੇ ਬਾਕੀ ਰਹੀ ਗੱਲ ਉਹ ਵੀ ਜਿਹੜਾ ਵੀਰ ਆਪਾਂ ਨੂੰ ਕੋਈ ਕਹਿ ਕੇ ਕਰਾਉਂਦਾ, ਪਰ ਮੈਨੂੰ ਉਹ ਵੀਰ ਨੇ ਇਹ ਗੱਲ ਕਹੀ ਸੀ ਜਿਹਦੇ ਨਾਲ ਆਪਣੀ ਗੱਲ ਹੋਈ ਸੀ, ਉਹ ਕਹਿੰਦਾ ਵੀਰੇ ਵੀ ਮੈਂ ਨਹੀਂ ਤੁਹਾਨੂੰ ਕਹਿੰਦਾ ਵੀ ਤੁਸੀਂ ਆਪ ਦੱਸੋਗੇ, ਵੀ ਮੈਂ ਤੁਹਾਨੂੰ ਕਰਨ ਵੀ ਮੈਂ ਨਹੀਂ ਤੁਹਾਨੂੰ ਕਹਿੰਦਾ ਵੀ ਮੇਰੀ ਕੰਪਨੀ ਦੀ ਜਾਂ ਮੇਰੀ ਮੱਕੀ ਦੀ ਤੁਸੀਂ ਪ੍ਰਮੋਟ ਕਰੋ ਜਾਂ ਲੋਕਾਂ ਨੂੰ ਕਹੋ, ਕਹਿੰਦਾ ਤੁਸੀਂ ਆਪ ਕਹੋਗੇ, ਦੇਖਦੇ ਹਾਂ ਹੁਣ ਕੀ ਬਣਦਾ। ਉਮੀਦ ਆ ਕਿਸਾਨ ਵੀਰੋ ਜਿਹੜੀਆਂ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਇਹ ਜਾਣਕਾਰੀਆਂ ਸਾਂਝੀਆਂ ਕਰਦੇ ਰਹਿੰਦੇ ਹਾਂ ਤੁਹਾਡੇ ਸਾਰੀਆਂ ਵਧੀਆ ਲੱਗਦੀਆਂ ਹੋਣਗੀਆਂ, ਤੁਸੀਂ ਇਹਨਾਂ ਨੂੰ ਸੋਚ ਕੇ ਨਿਮਾਣੇ ਜਾਂ ਜੋ ਤੁਹਾਨੂੰ ਮੈਂ ਮਾੜੀ ਮੋਟੀ ਜਾਣਕਾਰੀ ਦਿੰਦਾ ਤੁਹਾਡੇ ਅਮਲ 'ਚ ਆਉਂਦੀ ਹੋਊ ਅਤੇ ਤੁਹਾਨੂੰ ਰਿਜ਼ਲਟ ਮਿਲਦੇ ਹੋਣਗੇ ਉਹ ਚੀਜ਼ਾਂ ਦੇ, ਕਿਉਂਕਿ ਜਿੰਨਾ ਕੁ ਮੇਰੇ ਕੋਲ ਤਿਲਫੁਲ ਜਾਣਕਾਰੀ ਹੁੰਦੀ ਆ, ਕੁਝ ਵੀ ਮੈਨੂੰ ਪਤਾ, ਮੈਂ ਤੁਹਾਨੂੰ ਉਹ ਦੱਸ ਦਿੰਦਾ। ਪਰ ਮੈਨੂੰ ਉਦੋਂ ਬਹੁਤ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਫੋਨ ਕਰਕੇ ਮੈਨੂੰ ਇਹ ਮੰਨ ਕੇ ਇਹ ਗੱਲ ਦੱਸ ਦਿਓ ਵੀ ਵੀਰੇ ਹਾਂ ਮੈਂ ਤੇਰਾ ਆਹ ਕੰਮ ਦੱਸਿਆ ਹੋਇਆ ਕਰਿਆ ਸੀ, ਮੈਨੂੰ ਰਿਜ਼ਲਟ ਬਹੁਤ ਵਧੀਆ ਮਿਲਿਆ। ਦੇਖੋ ਨੈਗੇਟਿਵਿਟੀ ਵੀ ਹੁੰਦੀ ਹੈ, ਪੋਜ਼ਿਟਿਵਿਟੀ, ਜੇ ਨੈਗੇਟਿਵਿਟੀ 70% ਆ, ਜੇ 30% ਵੀ ਪੋਜ਼ਿਟਿਵ ਬੰਦੇ ਨੂੰ ਮੰਨ ਕੇ ਮੂਹਰੋਂ ਉਹਦਾ ਜਿੱਦਾਂ ਆਪਾਂ ਕਹਿੰਦੇ ਰਿਜ਼ਲਟ ਮਿਲ ਜੇ ਤਾਂ ਬਹੁਤ ਜ਼ਿਆਦਾ ਵੱਡੀ ਗੱਲ ਆ।
ਮੈਨੂੰ ਖੁਸ਼ੀ ਉਦੋਂ ਬਹੁਤ ਹੁੰਦੀ ਹੈ ਜਦੋਂ ਤੁਸੀਂ ਮੈਨੂੰ ਫੋਨ ਕਰਕੇ ਸਪੈਸ਼ਲ ਕਹਿੰਦੇ ਹੋ ਵੀ ਵੀਰੇ ਆਪਾਂ ਤੁਹਾਡੇ ਦੱਸੇ ਅਨੁਸਾਰ ਇੱਦਾਂ ਕਰਿਆ ਸੀ ਯਾਰ, ਬਹੁਤ ਵਧੀਆ ਰਿਜ਼ਲਟ ਮਿਲਿਆ। ਕਿਉਂਕਿ ਮੇਰਾ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ, ਮੈਂ ਜੋ ਖੇਤ ਦੇ ਵਿੱਚ ਆਪਦੇ ਦੇ ਵਿੱਚ ਗੱਲ ਕਰਦਾ, ਕੰਮ ਕਰਦਾ, ਤਜਰਬਾ ਕਰਦਾ, ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਦਾ। ਤਾਂ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈ ਜਿਹੜੀ ਮੈਂ, ਇਹ ਵਧੀਆ ਲੱਗੀ ਹੋਵੇਗੀ ਅਤੇ ਤੁਸੀਂ ਵੀ ਘੱਟ ਪਾਣੀਆਂ ਦੇ ਵਿੱਚ ਮੱਕੀ ਪਾਲਣ ਦੀ ਜਿਹੜੀ ਵਿਧੀ ਆ ਉਹਨੂੰ ਅਪਣਾਵੋਗੇ। ਕਿਉਂਕਿ ਫਾਲਤੂ ਪਾਣੀ ਦੇਣ ਵਾਲਿਆਂ ਨੇ ਹੀ ਮੱਕੀ ਨੂੰ ਬਦਨਾਮ ਕਰਤਾ। ਮੱਕੀ ਮਾੜੀ ਨਹੀਂ, ਮੱਕੀ ਕਿਸਾਨ ਵੀ ਮਾੜਾ ਹੋ ਸਕਦਾ, ਫਸਲ ਕਦੇ ਮਾੜੀ ਨਹੀਂ ਹੁੰਦੀ। ਉਮੀਦ ਆ ਕਿਸਾਨ ਵੀਰੋ ਆਪਣੇ ਚੈਨਲ ਨਾਲ ਤੁਸੀਂ ਜੁੜੇ ਰਹੋਗੇ ਅਤੇ ਵਧੀਆ ਤੋਂ ਵਧੀਆ ਜਾਣਕਾਰੀਆਂ ਹਾਸਲ ਕਰਦੇ ਰਹੋਗੇ। ਇਸੇ ਤਰ੍ਹਾਂ ਆਪਾਂ ਜਾਣਕਾਰੀ ਦਿੰਦੇ ਰਹਾਂਗੇ। ਧੰਨਵਾਦ।